ਰਾਮ ਜੀ ਆ ਕੇ ਲਵ ਕੁਸ਼, ਉਹਨਾਂ ਦੇ ਵਿੱਚ ਉਹਨਾਂ ਨੂੰ ਜੋ ਜੋ ਉਹਦਾ ਮਾਣ ਸਨਮਾਨ ਹੈ, ਜੋ ਉਹਦੇ ਸਰੂਪ ਨਾਲ ਛੇੜਛਾੜ ਕੀਤੀ ਗਈ ਹੈ, ਉਹਨਾਂ ਨੂੰ ਬਣਦਾ ਜੋ ਮਾਣ ਸਤਿਕਾਰ ਹੈ ਉਹ ਨਹੀਂ ਦਿੱਤਾ ਗਿਆ। ਜਿਹੜਾ ਖੰਡਰ ਕਹਿੰਦਾ ਹੈਗਾ ਇਹਨੂੰ ਬੰਦ ਕੀਤਾ ਜਾਵੇ। ਪਿਛਲੇ ਦਿਨੀ ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਬਾਲਮੀਕਿ ਸਮਾਜ ਨੇ ਇੱਕ ਨਿੱਜੀ ਟੀਵੀ ਚੈਨਲ ਵੱਲੋਂ ਭਗਵਾਨ ਬਾਲਮੀਕ ਜੀ ਬਾਰੇ ਗਲਤ ਟਿੱਪਣੀਆਂ ਕਰਨ ਦੇ ਇਲਜ਼ਾਮ ਲਾਏ ਨੇ, ਜਿਸ ਨੂੰ ਦੇਖਦਿਆਂ ਅੱਜ ਬਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਅਸਰ ਸਵੇਰ ਤੋਂ ਹੀ ਤਮਾਮ ਪੰਜਾਬ ਭਰ ਵਿੱਚ ਦੇਖਣ ਨੂੰ ਮਿਲਿਆ। ਬਾਲਮੀਕਿ ਭਾਈਚਾਰਾ ਵੱਡੀ ਪੱਧਰ 'ਤੇ ਸਵੇਰ ਤੋਂ ਹੀ ਸੜਕਾਂ 'ਤੇ ਹੈ ਅਤੇ ਭਗਵਾਨ ਬਾਲਮੀਕ ਜੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੇ ਟੀਵੀ ਚੈਨਲ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਿਹਾ ਹੈ। ਹੁਸ਼ਿਆਰਪੁਰ 'ਚ ਸੜਕਾਂ 'ਤੇ ਉਤਰੇ ਬਾਲਮੀਕਿ ਭਾਈਚਾਰੇ ਨੇ ਚੈਨਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜੋ ਕਲਰ ਟੀਵੀ 'ਤੇ ਚੈਨਲ 'ਤੇ ਉਹ ਚੱਲ ਰਿਹਾ ਪ੍ਰੋਗਰਾਮ ਰਾਮ ਠੀਆ ਕੇ ਲਵ ਕੁਸ਼, ਉਹਨਾਂ ਦੇ ਵਿੱਚ ਉਹਨਾਂ ਨੂੰ ਜੋ ਜੋ ਉਹਦਾ ਮਾਣ ਸਨਮਾਨ ਹੈ, ਜੋ ਉਹਦੇ ਸਰੂਪ ਨਾਲ ਛੇੜਛਾੜ ਕੀਤੀ ਗਈ ਹੈ, ਉਹਨਾਂ ਨੂੰ ਬਣਦਾ ਜੋ ਮਾਣ ਸਤਿਕਾਰ ਹੈ ਉਹ ਨਹੀਂ ਦਿੱਤਾ ਗਿਆ। ਉਹਦੇ ਸੰਬੰਧ ਦੇ ਵਿੱਚ ਇਹ ਅੱਜ ਦਾ ਜਿਹੜਾ ਬੰਦ ਦੀ ਕੌਲ ਹੈਗੀ ਆ ਉਹ ਕੀਤੀ ਗਈ ਆ। ਮੰਗ ਪੱਤਰ ਅਸੀਂ 17 ਤਰੀਕ ਨੂੰ ਵੀ ਦਿੱਤਾ ਸੀ ਵੀ ਜਿਹੜਾ ਕਲਰ ਚੈਨਲ ਹੈਗਾ ਇਹਨੂੰ ਬੰਦ ਕੀਤਾ ਜਾਵੇ, ਜਿਹੜਾ ਪ੍ਰੋਡਿਊਸਰ ਹੈਗਾ ਤਾਂ ਜਾਂ ਜੋ ਵੀ ਕਲਾਕਾਰ ਹੈਗਾ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਪਰ ਸ਼ਾਸਨ ਪ੍ਰਸ਼ਾਸਨ ਦੇ ਕੰਨ 'ਤੇ ਜੂ ਨਹੀਂ ਰੱਖੀ, ਸਾਨੂੰ ਮਜਬੂਰ ਹੋ ਕੇ ਅੱਜ ਸੜਕਾਂ 'ਤੇ ਆਉਣਾ ਪਿਆ ਅਤੇ ਅੱਜ ਸਾਡੀ ਪੁਰਜ਼ੋਰ ਮੰਗ ਹੈ ਅਗਰ ਇਹਨੂੰ ਇਹ ਕਲਰ ਟੀ ਵੀ 'ਤੇ ਜੋ ਪ੍ਰੋਗਰਾਮ ਚੱਲ ਰਿਹਾ ਉਹਨੂੰ ਬੰਦ ਨਾ ਕੀਤਾ, ਤਾਂ ਪ੍ਰੋਡਿਊਸਰ ਦੇ ਉੱਪਰ ਜੋ ਬਣਦੀ ਕਾਰਵਾਈ ਹੈ ਉਹ ਨਾ ਕੀਤੀ। ਅਸੀਂ ਇਹਦਾ ਜਿਹੜਾ ਵੱਡੇ ਪੱਧਰ 'ਤੇ ਇਹਦਾ ਜਿਹੜਾ ਸੰਘਰਸ਼ ਉਹ ਲਿਖਿਆ ਜਾਏਗਾ, ਜੋ ਪੂਰੇ ਭਾਰਤ ਦੇ ਵਿੱਚ ਇਹਨੂੰ ਲਿਜਾਇਆ ਜਾਏਗਾ। ਜੈ ਪੀ ਨਹੀਂ, ਇਹੋ ਜਿਹੇ ਕੋਈ ਮੀਟਿੰਗ ਨਹੀਂ ਹੋਈ, ਕੁਛ ਸਰਕਾਰ ਨੇ ਆਪਣੇ ਬੰਦੇ ਖੜ੍ਹੇ ਕਰਕੇ ਸਾਰਾ ਕੁਛ ਕਰਵਾਇਆ ਸੀ, ਇੱਦਾਂ ਦਾ ਕੋਈ ਵੀ ਬੰਦ ਦੀ ਕਾਲ ਵਾਪਸ ਨਹੀਂ ਸੀ ਹੋਈ, ਇਹ ਸਰਕਾਰ ਦੁਆਰਾ ਹੀ ਇਹ ਫੈਲਾਇਆ ਗਿਆ ਸੀ, ਭਰਮ ਫੈਲਾਇਆ ਗਿਆ ਸੀ। ਸਾਰੀਆਂ ਜਿੰਨੀਆਂ ਵੀ ਭਗਵਾਨ ਬਾਲਮੀਕ ਧਰੇ ਜਥੇਬੰਦੀਆਂ ਔਰ ਰਵਿਦਾਸ ਸਭਾਵਾਂ, ਜਿੰਨੀਆਂ ਵੀ ਧਾਰਮਿਕ ਸਭਾਵਾਂ ਹੈਗੀਆਂ, ਜਿੰਨੀਆਂ ਵੀ ਫੋਰਸਾਂ ਹੈਗੀਆਂ, ਸਾਰੀਆਂ ਇਹ ਬੰਦ ਦੇ ਸਮਰਥਨ ਦੇ ਵਿੱਚ ਹੈਗੀਆਂ। ਅੱਜ ਉਹ ਸਮੁੱਚੇ ਤੌਰ 'ਤੇ ਸਾਰੀਆਂ ਇਕਜੁੱਟ ਹੋ ਕੇ ਆਈਆਂ ਹੈਗੀਆਂ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ, ਤਾਂ ਇੱਥੇ ਵੱਡੀ ਗਿਣਤੀ 'ਚ ਇਕੱਠੇ ਹੋਏ ਬਾਲਮੀਕਿ ਸਮਾਜ ਵੱਲੋਂ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਟੀਵੀ ਚੈਨਲ ਖਿਲਾਫ਼ ਮੰਗ ਪੱਤਰ ਸੌਂਪਿਆ ਗਿਆ, ਜਿਨ੍ਹਾਂ ਬਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਮਸਲੇ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਪ੍ਰੋਟੈਸਟ ਕੀ ਗਿਆ ਭਗਵਾਨ ਬਾਲਮੀਕ ਏਕਤਾ ਸੰਘਰਸ਼ ਦਲ ਵੱਲੋਂ ਇਹ ਮੰਗ ਪੱਤਰ ਇੱਕ ਸਾਨੂੰ ਦਿੱਤਾ ਗਿਆ, ਜਿਹਦੇ 'ਚ ਇਹਨਾਂ ਨੇ ਕਿਹਾ ਵੀ ਜਿਹੜਾ ਸੀਰੀਅਲ ਚੱਲ ਰਿਹਾ ਇਹਦਾ ਜਿਹੜਾ ਵਾ ਵੀ ਲੋਕਲ ਚੈਨਲਾਂ ਦੇ ਵਿੱਚ ਬੰਦ ਕੀਤਾ ਗਿਆ, ਜਦਕਿ ਜਿਹੜਾ ਇੰਡੀਆ ਲੈਵਲ 'ਤੇ ਕਲਰ ਚੈਨਲ ਦੇ ਵਿੱਚ ਉੱਦਾਂ ਹੀ ਚੱਲ ਰਿਹਾ, ਅਤੇ ਇਹਨੂੰ ਵੀ ਉੱਥੇ ਬੰਦ ਕੀਤਾ ਜਾਵੇ। ਇਹਨਾਂ ਨੂੰ ਮੰਗ ਪੱਤਰ ਲੈ ਲਿਆ ਸੀ ਅਤੇ ਡੀਸੀ ਸਾਹਿਬ ਨੂੰ ਪਹੁੰਚਾ ਦਾਂ ਤਾਂ ਕਿ ਅੱਗੇ ਇੱਥੇ ਕਾਰਵਾਈ ਕੀਤੀ ਜਾਵੇ। ਬਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਅਸਰ ਹੋਰਨਾਂ ਹਿੱਸਿਆਂ ਦੇ ਨਾਲ ਨਾਲ ਲੁਧਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ, ਜਿੱਥੇ ਲੁਧਿਆਣਾ ਦੇ ਕਈ ਬਾਜ਼ਾਰਾਂ ਨੂੰ ਬਾਲਮੀਕਿ ਭਾਈਚਾਰੇ ਵੱਲੋਂ ਬੰਦ ਕਰਵਾ ਦਿੱਤਾ ਗਿਆ। ਹਰਿਆਣਾ ਅਕਸ਼ੇ ਰਾਜ ਆ ਪੰਜਾਬ ਸਕੱਤਰ ਭਾਵਦਸ ਭਾਰਤ, ਅੱਜ ਕਲਰ ਚੈਨਲ ਦੇ ਵਿੱਚ ਰਾਮ ਸੀ ਆ ਕੇ ਲਵ ਕੁਸ਼ ਜਿਹੜੇ ਚੈਨਲ ਦੇ ਵਿੱਚ ਇੱਕ ਨਾਟਕ ਆਉਂਦਾ, ਉਹ 'ਚ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਬੜਾ ਨਿਰਾਦਰ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ। ਉਹਦੇ ਉਪਲਕਸ਼ ਦੇ ਵਿੱਚ ਅੱਜ ਪੂਰੇ ਵਾਲਮੀਕਨ ਸਮਾਜ ਦੀ ਪਾਵਨ ਵਾਲਮੀਕਿ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 7 ਤਰੀਕ ਦੀ ਜਿਹੜੀ ਬੰਦ ਦੀ ਕਾਲ ਕੀਤੀ ਗਈ ਸੀ ਉਹਦੇ ਉਪਲਕਸ਼ ਦੇ ਵਿੱਚ ਅੱਜ ਅਸੀਂ ਸਮੂਹਿਕ ਭਾਈਚਾਰਕ ਤੌਰ 'ਤੇ ਸਾਰੇ ਹੀ ਜਿੰਨੇ ਵੀ ਸਾਡੇ ਇਹ ਭਾਈਚਾਰਕ ਸਾਂਝ ਆ, ਲੁਧਿਆਣਾ ਸ਼ਹਿਰ ਜਿਹੜਾ ਵਾ ਉਹ ਸਾਡਾ ਆਪਣਾ ਸ਼ਹਿਰ ਆ, ਨਾ ਸਮੂਹ ਭਾਈਚਾਰਾ ਜਿਹੜਾ ਵਾ ਆਪਸੀ ਭਾਈਚਾਰਕ ਸਾਂਝ ਆ,
ਅਸੀਂ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਰ ਰਹੇ ਹਾਂ ਕਿ ਸਾਡਾ ਸਮਰਥਨ ਕਰੋ, ਕਿਉਂਕਿ ਇਹ ਜਿਹੜਾ ਨਾਟਕ ਆ ਉਹ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਨਿਰਾਦਰ ਕਰ ਰਿਹਾ ਵਾ। ਇਸ ਚੀਜ਼ ਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪੂਰਾ ਪੰਜਾਬ ਜਿਹੜਾ ਵਾ ਉਹ ਸਾਡਾ ਆਪਣਾ ਵਾ, ਪੂਰਾ ਸ਼ਹਿਰ ਸਾਡਾ ਆਪਣਾ ਵਾ। ਅਸੀਂ ਸ਼ਾਂਤੀਪੂਰਵਕ ਤੌਰ 'ਤੇ ਹਰੇਕ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਜੈ ਵਾਲੀ। ਉੱਧਰ ਬਰਨਾਲਾ ਵਿੱਚ ਵੀ ਦਲਿਤ ਸਮਾਜ ਵੱਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਾਲਮੀਕਿ ਆਗੂਆਂ ਨੇ ਕਿਹਾ ਕਿ ਸਰਕਾਰਾਂ ਜਾਣ ਬੁੱਝ ਕੇ ਦਲਿਤਾਂ ਤੋਂ ਉਹਨਾਂ ਦੇ ਹੱਕ ਖੋ ਰਹੀਆਂ ਨੇ। ਸਾਡੀ ਮੰਤਵੇ ਦੇ ਵਿੱਚ ਅਹਿਮ ਸਰ ਇੱਕੋ ਹੀ ਹੈ ਜੀ, ਜੋ ਕਲਰ ਟੀਵੀ ਚੈਨਲ ਹੈਗਾ ਉਸ ਦੇ ਉੱਪਰ ਰਾਮ ਸੀਆ ਕੇ ਲਾਕੂ ਸੀ ਇੱਕ ਸੀਰੀਅਲ ਚੱਲ ਰਿਹਾ ਹੈਗਾ, ਜਿਸ ਦੇ ਵਿੱਚ ਪ੍ਰਮਾਤਮਾ ਵਾਲਮੀਕਿ ਮਹਾਰਾਜ ਦੇ ਇਤਿਹਾਸ ਨੂੰ ਬੜਾ ਤਰੋੜ ਮਰੋੜ ਕੇ ਦਿਖਾਇਆ ਜਾ ਰਿਹਾ ਵਾ। ਪਿਛਲੀ ਅਸੀਂ 19-20 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਡੀਸੀ ਹੈੱਡਕੁਆਰਟਰ ਦੇ ਮੰਗ ਪੱਤਰ ਦਿੱਤੇ ਸੀ ਵੀ ਇਸ ਚੈਨਲ ਨੂੰ ਤੁਰੰਤ ਬੰਦ ਕੀਤਾ ਜਾਵੇ, ਪਰ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਗੌਰ ਨਹੀਂ ਕੀਤੀ। ਜੇ ਤਾਂ ਉਸਦਾ ਡਾਇਰੈਕਟਰ ਹੋਏ ਜਾਂ ਪ੍ਰੋਡਿਊਸਰ ਉਹਨਾਂ 'ਤੇ FIR ਵੀ ਦਰਜ ਹੋ ਗਈ ਹੈ, ਨਾ ਉਹ ਬੰਦੇ ਅਰੈਸਟ ਕੀਤੇ ਨੇ। ਜਾਂ ਜਦੋਂ ਤੱਕ ਉਹ ਬੰਦੇ ਅਰੈਸਟ ਨਾ ਹੋਣ ਔਰ ਇਹ ਚੈਨਲ ਬੰਦ ਨਾ ਹੋਵੇ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜੀ। ਮੁੱਦਾ ਤਾਂ ਇਹੀ ਹੈ ਜੀ ਵੀ ਜੋ ਦੇਸ਼ ਦੇ ਵਿੱਚ ਸੰਵਿਧਾਨ ਹੈ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਸਾਹਿਬ ਜੀ ਦਾ, ਉਸ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਵਿੱਚ ਹਰ ਇੱਕ ਇਨਸਾਨ ਨੂੰ, ਹਰ ਇੱਕ ਨਾਗਰਿਕ ਨੂੰ ਮਾਨ ਸਨਮਾਨ ਤੇ ਬਰਾਬਰ ਦੇ ਬਰਾਬਰਤਾ ਦਾ ਦਰਜਾ ਮਿਲੇ। ਭਾਰਤ ਦਾ ਸੰਸਦ ਬੋਰਡ ਹੈਗਾ ਉਸ ਨੂੰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਟੀਵੀ ਦੇ ਉੱਪਰ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਲੈਣੀ ਚਾਹੀਦੀਆਂ ਨੇ ਵੀ ਕੀ ਇਤਿਹਾਸਿਕ ਚੀਜ਼ਾਂ ਓਰਿਜਨਲ ਨੇ ਜਾਂ ਨਕਲੀ ਨੇ। ਤੇ ਜੋ ਤੁਗਲਾਬਾਦ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਿਆ ਵਾ, ਅਸੀਂ ਉਹ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਵੀ ਉਹ ਮੰਦਿਰ ਜਿਉਂ ਦਾ ਤਿਉਂ ਉੱਥੇ ਹੀ ਬਣੇ, ਨਹੀਂ ਤਾਂ ਇਹ ਸੰਘਰਸ਼ ਪੂਰੇ ਦੇਸ਼ ਦੇ ਵਿੱਚ ਦਲਿਤ ਸਮਾਜ ਤਰਫੋਂ ਮੂਲ ਨਿਵਾਸੀਆਂ ਤਰਫੋਂ ਜਾਰੀ ਰਹਿਣਗੇ। ਜ਼ਿਕਰਯੋਗ ਹੈ ਕਿ ਇਹ ਨਿੱਜੀ ਚੈਨਲ ਨਾ ਸਿਰਫ ਭਾਰਤ ਸਗੋਂ ਦੁਨੀਆਂ ਦੇ 125 ਦੇਸ਼ਾਂ ਵਿੱਚ ਪ੍ਰਸਾਰਿਤ ਹੁੰਦਾ ਹੈ ਅਤੇ ਵਾਲਮੀਕਿ ਭਾਈਚਾਰਾ ਚੈਨਲ ਨੂੰ ਸਾਰੀ ਦੁਨੀਆਂ ਵਿੱਚ ਬੰਦ ਕਰਵਾਉਣ ਦੀ ਮੰਗ ਕਰ ਰਿਹਾ ਹੈ। ਦੇਖਣਾ ਇਹੀ ਹੈ ਕਿ ਵਾਲਮੀਕਿ ਭਾਈਚਾਰੇ ਵੱਲੋਂ ਸ਼ੁਰੂ ਕੀਤਾ ਇਹ ਅੰਦੋਲਨ ਹੁਣ ਕਿੱਥੇ ਜਾ ਕੇ ਖਤਮ ਹੁੰਦਾ ਹੈ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ, ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਅਤੇ ਲੁਧਿਆਣਾ ਤੋਂ ਲਖਵਿੰਦਰ ਸਿੰਘ ਦੇ ਨਾਲ ਬਰਨਾਲਾ ਤੋਂ ਰਜੇਸ਼ ਕੁਮਾਰ, ਪੰਜਾਬੀ ਲੋਕ ਚੈਨਲ।